ਫਤਿਹਗੜ੍ਹ ਸਾਹਿਬ ਦੇ ਵਿੱਚ ਕਿਸਾਨ ਯੂਨੀਅਨ ਰਾਜੇਵਾਲ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਪਰਾਲੀ ਵਾਹੁਣ ਲਈ 2500 ਰੁਪਏ ਪਰ ਏਕੜ ਨਾ ਦਿੱਤੇ ਗਏ ਤਾਂ ਉਹ ਪਰਾਲੀ ਸਾੜ ਕੇ ਜੇਲ੍ਹਾਂ ਭਰਨਗੇ। ਕਿਸਾਨ ਯੂਨੀਅਨ ਰਾਜੇਵਾਲ ਨੇ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਕਰਕੇ ਇਹ ਵੱਡਾ ਫੈਸਲਾ ਲਿਆ ਹੈ ਅਤੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮੌਕੇ ਮੌਜੂਦ ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਕਿਸਾਨਾਂ ਦਾ ਸਾਥ ਦੇਵੇ। ਉੱਥੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਪਾਣੀ ਦੀ ਇੱਕ ਵੀ ਬੂੰਦ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਫਤਿਹਗੜ੍ਹ ਸਾਹਿਬ ਤੋਂ ਅੱਜ ਦੀ ਆਵਾਜ਼ ਦੇ ਲਈ ਜਗਦੇਵ ਸਿੰਘ ਦੀ ਰਿਪੋਰਟ। ਅਰਜੀ ਮੀਟਿੰਗ ਬਾਰੇ ਜੀ, ਇਹਦਾ ਜਿਹੜੀ ਬੇਮੌਸਮੀ ਬਾਰਿਸ਼ ਹੋਈ ਹੈ ਜੀ, ਇਹਨੇ ਕਿਸਾਨਾਂ ਦਾ ਬਹੁਤ ਨੁਕਸਾਨ ਕਰਤਾ ਜੀ। ਜਿਹੜੀਆਂ ਜੀਰੀਆਂ ਪੱਕੀਆਂ ਉਹ ਗਿਰ ਗਈਆਂ ਅਤੇ ਗੰਨੇ ਦਾ ਤਾਂ ਇੰਨਾ ਬੁਰਾ ਹਾਲ ਹੋ, ਕਈ ਪਾਈ ਪਾਸੇ ਨੂੰ ਕਾਸ਼ਤਾਂ ਖਾ ਗਿਆ, ਉਹਦਾ ਉਹ ਕੁਛ ਨਹੀਂ ਵਿਚਲਿਆ। ਜੀਰੀਆਂ ਦਾ ਵੀ ਬਹੁਤ ਨੁਕਸਾਨ ਹੋ ਗਿਆ। ਇੱਕ ਜਿਹੜੀ ਬਿਮਾਰੀ ਸੀ ਪਿੱਛੇ, ਉਹ ਬੌਰੀ ਜੀਰੀ ਰਹਿ ਗਈ ਵਿੱਚ, ਉਹ ਨਿਸ਼ਚਿਤ ਹੋਣੀ, ਉਹਦੇ ਨਾਲ ਵੀ ਬਹੁਤ ਨੁਕਸਾਨ ਹੋ ਗਿਆ। ਇੱਕ ਪਿੱਛੇ ਗਊਆਂ ਨੂੰ ਬਿਮਾਰੀ ਪਈ ਹੈ, ਉਹਦਾ ਵੀ ਬਹੁਤ, ਸਾਡੇ ਆਪਣੇ ਪੰਜਾਬ ਦੇ ਵਿੱਚ ਡੇਢ ਲੱਖ ਮਤਲਬ ਗਊ ਮਰ ਗਈ ਜੀ। ਸਰਕਾਰ ਨੇ ਕੋਈ ਇਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਹੈਗਾ ਇਹਨਾਂ ਗੱਲਾਂ ਬਾਰੇ। ਇੱਕ ਜਿਹੜਾ ਪਰਾਲੀ ਦਾ ਮਸਲਾ ਜੀ, ਕਹਿੰਦੇ ਤੱਕ 2500 ਰੁਪਇਆ ਕਿਸਾਨਾਂ ਨੂੰ ਦਊਂਗੇ ਜੀ ਵੀ ਪਰਾਲੀ ਨਾ ਫੂਕਣ, ਉਹ ਕੋਈ ਮਸਲਾ ਨਹੀਂ ਹੱਲ ਹੋਇਆ। ਅਸੀਂ ਜੇ ਸਰਕਾਰ ਨੇ ਸਾਨੂੰ ਨਾ ਦਿੱਤਾ ਤਾਂ ਅਸੀਂ ਪਰਾਲੀ ਫੂਕਣ 'ਚ ਮਜਬੂਰ ਹੋਵਾਂਗੇ, ਭਾਵੇਂ ਸਾਨੂੰ ਜੇਲ੍ਹ ਕੱਟਣੀ ਪਵੇ। ਕੋਈ ਸਾਡੇ ਕੋਲ ਹੱਲੇ ਨਹੀਂ, ਕੋਈ ਕਿਸਾਨ ਭਾਈ ਨਾ ਕੋਈ ਸੋਰਸ ਨਹੀਂ ਕਿ ਉਹ ਗਰੀਬ ਕਿਸਾਨ ਇੰਨੇ ਪੈਸੇ ਖਰਚ ਕੇ ਉਹ ਪਰਾਲੀ ਨੂੰ ਵਿੱਚ ਵਾਧੂਗਾ। ਜੇ ਸਰਕਾਰ ਸਾਨੂੰ ਪੈਸੇ ਦਊਗੀ, ਅਸੀਂ ਚਾਹੁੰਦੇ ਹਾਂ ਕਿ ਸਾਨੂੰ 2500 ਰੁਪਏ ਕਿੱਲੇ ਦਾ ਦੇਵੇ, ਅਸੀਂ ਪਰਾਲੀ ਨੂੰ ਅੱਗੇ ਨਹੀਂ ਲਾਉਂਦੇ। ਜੇ ਲਾਉਂਗੇ ਸਾਨੂੰ ਜੋ ਮਰਜ਼ੀ ਸਰਕਾਰ ਕਰੇ, ਪਰ ਜੇ ਸਾਨੂੰ ਸਰਕਾਰ ਨੇ ਪੈਸੇ ਨਾ ਦਿੱਤੇ ਤਾਂ ਅਸੀਂ ਅੱਗ ਜ਼ਰੂਰ ਲਾਏਗੇ। ਸਾਨੂੰ ਕੋਈ ਸਾਨੂੰ ਸਰਕਾਰ ਅੰਦਰ ਕਰ ਦੇਵੇ ਜੀ, ਅੰਦਰ ਹੋਣ ਨੂੰ ਵਿਚਾਰ। ਸੰਘਰਸ਼ ਹੈ ਜੀ, ਦੇਖੋ ਸੰਘਰਸ਼ ਦਾ ਕਿਸਾਨਾਂ ਨੂੰ ਸੰਘਰਸ਼ ਹੈ ਜੀ। ਲੇਕਿਨ ਸਰਕਾਰ ਬੜੀਆਂ ਆਸਾਂ ਹੁੰਦੀਆਂ ਸਰਕਾਰ ਪਰ ਵੀ ਸਾਡਾ ਕੁਛ ਸਵਾਰੂਗੀ ਜੀ, ਪਰ ਗੱਲਾਂ ਬਾਤਾਂ ਜ਼ਿਆਦਾ ਜੀ ਹੈ, ਉਹ ਕੁਛ ਨਹੀਂ ਉਰੇ ਹੈਗਾ। ਹੈਂਜੀ, ਅੱਗੇ ਨੂੰ ਹੋਵੇ ਜੀ, ਅਸੀਂ ਸੰਘਰਸ਼ ਵਾਸਤੇ ਜੀ, ਸੰਘਰਸ਼ ਹੈ ਜੀ। ਜੇ ਪਰਾਲੀ ਨੂੰ ਅੱਗ ਲਾਉਣੀ ਪੈਣੀ ਸਾਨੂੰ, ਜਿੱਦਾਂ ਪਾਣੀ ਦਾ ਮੁੱਦਾ ਜੀ, ਪਾਣੀ ਸਾਡਾ ਮੁੱਕ ਰਿਹਾ। ਜੂਨੀਅਰ ਰਾਜੇਵਾਲ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬੋਲ ਰਿਹਾ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਆਉਣ ਵਾਲੀ ਫਸਲ ਦੀ ਜਿਹੜੀ ਬਿਜਾਈ ਵਾਸਤੇ ਨਾ ਤਾਂ DAP ਆ, ਨਾ ਤਾਂ ਕੋਈ DAP ਆ, ਨਾ ਯੂਰੀਆ ਬੀਜ, ਉਹ ਨਕਲੀ ਆ ਰਹੇ ਨੇ, ਉਹਨਾਂ ਦਾ ਪ੍ਰਬੰਧ ਕਰੇ। ਗੌਰਮੈਂਟ ਨੂੰ ਬੇਨਤੀ ਕਰਦੇ ਹਾਂ, ਬਾਕੀ ਜਿਹੜੀਆਂ ਗਊਆਂ ਸਾਡੇ ਪੰਜਾਬ ਦੇ ਵਿੱਚ ਮਰੀਆਂ ਨੇ, ਉਹਨਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ। ਕਿ ਜਦੋਂ ਕਿ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਵੀ ਅਸੀਂ ਇਹਨਾਂ ਦਾ ਹਰ ਕਿਸਾਨ ਨੂੰ ਜਿਸ ਦਾ ਵੀ ਪਸ਼ੂ ਮਰੇਗਾ ਉਹਨੂੰ ਮੁਆਵਜ਼ਾ ਦੇਵਾਂਗੇ, ਇਹਦੇ ਵਿੱਚ ਕੋਈ ਗੌਰਮੈਂਟ ਨੇ ਗੌਰ ਨਹੀਂ ਕਰੀ। ਅਤੇ ਜਿਹੜਾ ਹੈਗਾ ਹੁਣ ਨਵਾਂ ਬਿਮਾਰੀ ਚੱਲੀ ਆ ਝੋਨੇ ਵਾਸਤੇ, ਝੋਨੇ ਨੂੰ ਚਾਈਨੀ ਵਾਇਰਸ ਹੈਗਾ, ਉਹ ਚਾਈਨੀ ਵਾਇਰਸ ਦਾ ਇੰਨਾ ਕੁ ਨੁਕਸਾਨ ਕਰਿਆ, ਮੇਰੇ ਖਿਆਲ 20% ਤੋਂ ਉੱਪਰ ਨੁਕਸਾਨ ਕਿਸਾਨਾਂ ਦਾ ਹੋਇਆ। ਉਹਦੇ ਵਾਸਤੇ ਗੌਰਮੈਂਟ ਕੋਈ ਕੁਛ ਨਹੀਂ ਕਰ ਰਹੀ। ਅਸੀਂ ਬੇਨਤੀ ਕਰਦੇ ਹਾਂ ਵੀ ਉਹਨਾਂ ਦਾ ਵੀ ਕੋਈ ਪ੍ਰਬੰਧ ਗੌਰਮੈਂਟ ਕਰੇ। ਬਾਕੀ ਹੈਗੀ ਆ ਵੀ ਜਿਹੜਾ ਪਾਣੀ ਦਾ ਮੁੱਦਾ, ਪਾਣੀ ਦੇ ਮੁੱਦੇ 'ਤੇ ਅਸੀਂ ਨਵੰਬਰ ਦੇ ਪਿਛਲੇ ਹਫ਼ਤੇ ਅਸੀਂ ਸੰਘਰਸ਼ ਕਰਾਂਗੇ। ਚੰਡੀਗੜ੍ਹ ਇੱਕ ਬੜਾ ਸਾਰਾ ਧਰਨਾ ਲਾਉਣ ਦਾ ਸਾਡਾ ਪ੍ਰੋਗਰਾਮ ਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਅੱਜ ਦੀ ਸਾਡੀ ਮੀਟਿੰਗ ਵਿਸ਼ੇਸ਼ ਕਰਕੇ ਪਰਾਲੀ ਦੇ ਮੁੱਦੇ ਪਰ ਆ, ਕਿਉਂਕਿ ਸਰਕਾਰ ਨੇ ਪਰਾਲੀ ਨੂੰ ਜਲਾਉਣ ਖਾਤਰ ਸਾਡੇ ਕਿਸਾਨਾਂ 'ਤੇ ਰੋਕ ਲਾਈ ਆ। ਅਸੀਂ ਵੀ ਇਹ ਚਾਹੁੰਦੇ ਹਾਂ ਵੀ ਵਾਤਾਵਰਨ ਨੂੰ ਦੂਸ਼ਿਤ ਕਰਨ ਤੋਂ ਬਚਾਇਆ ਜਾਵੇ, ਕਿਉਂਕਿ ਬਚਾਇਆ ਤਾਂ ਹੀ ਜਾ ਸਕਦਾ ਜੇ ਸਰਕਾਰ ਸਾਡੀ ਬਾਂਹ ਫੜੇ। ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦੇ ਮੁਤਾਬਕ ਸਰਕਾਰ ਸਾਨੂੰ ਜਾਂ ਤਾਂ ਪੈਸੇ ਦੇਵੇ ਜਾਂ ਉਹਦੇ ਮੁਤਾਬਕ ਹੀ ਸੰਦ ਦੇਵੇ। ਕਦੇ ਵੀ ਦੂਰਾ ਫੈਸਲਾ ਕਦੇ ਵੀ ਲਾਗੂ ਨਹੀਂ ਹੁੰਦਾ, ਕਿਉਂਕਿ ਗ੍ਰੀਨ ਟ੍ਰਿਬਿਊਨਲ ਨੇ ਜਿੱਥੇ ਸਰਕਾਰ ਨੂੰ ਹਦਾਇਤਾਂ ਕਰੀਆਂ ਵੀ ਆ ਉੱਥੇ ਕਿਸਾਨ ਵੀ ਇਹ ਚਾਹੁੰਦੇ ਆ ਵੀ ਜੇ ਸਾਨੂੰ ਮਸ਼ੀਨਰੀ ਮਿਲ ਜਾਵੇ 2 ਕਿੱਲਿਆਂ ਤੱਕ ਫਰੀ, 5 ਕਿੱਲਿਆਂ ਤੱਕ 5000 ਰੁਪਈਆ ਭਰਾ ਕੇ, ਕਿਉਂਕਿ ਜਿਹੜੀ ਮਸ਼ੀਨਰੀ ਸਬਸਿਡੀ ਵੀਰ ਵੀ ਦੇ ਰਹੇ ਹਾਂ ਉਹਦਾ ਮਿਸਤਰੀਆਂ ਨੇ ਦੁੱਗਣਾ ਚੌਗਣਾ ਰੇਟ, ਸਾਨੂੰ ਤਾਂ ਸਬਸਿਡੀ ਦਾ 1 ਰੁਪਈਆ ਵੀ ਨਹੀਂ ਮਿਲ ਰਿਹਾ। ਜਿਹੜੀ ਮਸ਼ੀਨਰੀ 60,000 ਦੀ ਸੀ ਉਹ 1,20,000 ਦੀ ਕਰਤੀ ਜੀ, ਅਸੀਂ ਉਹ ਸਬਸਿਡੀ 'ਤੇ ਬਹੁਤੇ ਹਾਂ। ਜਿਹੜਾ ਸੰਘਰਸ਼ ਆ ਅਗਲਾ ਪਾਣੀ ਦੇ ਮੁੱਦੇ ਬਾਰੇ ਰਾਜੇਵਾਲ ਸਾਹਿਬ ਨੇ ਉਲੀਕਿਆ ਵਾ, ਜੇ ਸਰਕਾਰ ਨੇ ਪਾਣੀ ਦੇ ਮੁੱਦੇ ਬਾਰੇ ਕੋਈ ਗੱਲ ਨਾ ਕਰੀ ਤਾਂ ਨਵੰਬਰ ਦੇ ਵਿੱਚ ਅਸੀਂ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਜਾ ਕੇ ਜਿਵੇਂ ਦਿੱਲੀ 'ਚ ਟਰੈਕਟਰ ਟਰਾਲੀਆਂ ਲੈ ਕੇ ਗਏ ਹਾਂ ਉੱਦਾਂ ਧਰਨਾ ਜ਼ਰੂਰ ਲਾਵਾਂਗੇ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ YouTube ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ।
हर एक तरह की लेटेस्ट ब्रेकिंग खबर लिए सानू तुसी इंस्टाग्राम दे उते भी फॉलो करो। देश विदेश की हर एक तरह की खबर हुन तुहानू मिलेगी सिर्फ आज दी आवाज़ दे उते। तुसी आज दी आवाज़ दा ई पेपर एडिशन पढ़ने लिए साड़ी वैबसाइट दे उते भी विजिट कर सकते हो। कैनेडा होवे या फिर इंग्लैंड, अमेरिका होवे या फिर आस्ट्रेलिया, पंजाबी भाईचारे नाल जुड़ी हर एक खबर पहुंचाई जाएगी तुहाडे तक। चुके जाणगे मसले होवेगी हक दी गल। गरीबां अते पिछड़ियां दा इको एक परोसेमान न्यूज़ चैनल आज दी आवाज़। रोजाना आज दी आवाज़, पंजाब दी परोसेमान अखबार।